ਐਲਓਸੀ ਦੇ ਨੇੜੇ ਰਹਿ ਰਹੇ ਇਹਨਾਂ ਬੱਚਿਆਂ ਦੀ ਇਹ ਪੁਰਾਣੀ ਖੇਡ ਹੈ, ਪਾਕਿਸਤਾਨੀ ਸ਼ੈਲਿੰਗ ਦੇ ਟੁਕੜੇ ਕੌਣ ਕਿੰਨੇ ਇਕੱਠਾ ਕਰ ਸਕਦਾ ਹੈ। ਡਰ ਨਹੀਂ ਲੱਗੇਗਾ ਤੁਮ ਤੋਂ? ਹਮ ਪੁਲਿਸ ਹੋਂਗੇ, ਇਤਨੇ ਬਹਾਦੁਰ ਹੋਂਗੇ, ਹਮੇਂ ਕੈਸੇ ਡਰ। ਪੁਲਿਸ ਅਤੇ ਫੌਜ ਵਿੱਚ ਜਾਣ ਦੇ ਸੁਪਨੇ ਦੇਖਣ ਵਾਲੇ ਇਹ ਬੱਚੇ ਇਹਨਾਂ ਸ਼ੈਲਸ ਦੇ ਖਤਰਿਆਂ ਤੋਂ ਅਣਜਾਣ ਹਨ। ਇਨ ਪੀਸਿਸ ਸੇ ਅਭੀ ਵੀ ਧੂੰਆਂ ਨਿਕਲ ਰਿਹਾ ਹੈ। ਇਹ ਸ਼ੈਲਸ ਹੈ ਜੋ ਕੱਲ ਰਾਤ ਕੀ ਫਾਇਰਿੰਗ ਮੇਂ ਯਹਾਂ ਗਿਰਾਏ ਗਏ ਥੇ, ਯਾਨੀ ਕਿ 12 ਘੰਟੇ ਸੇ ਜ਼ਿਆਦਾ ਹੋ ਗਿਆ ਹੈ। ਇਹ ਲਾਈਵ ਨਹੀਂ ਹੈ, ਇਹ ਟੂਟ ਗਿਆ ਹੈ, ਲੇਕਿਨ ਅਭੀ ਵੀ ਇਸਮੇਂ ਸੇ ਇਹ ਧੂੰਆਂ ਨਿਕਲ ਰਿਹਾ ਹੈ। ਮਤਲਬ ਯਹਾਂ ਪੇ ਇਹ ਜਾਂਚ ਕਰਨੇ ਕੀ ਜ਼ਰੂਰਤ ਹੈ ਕਿ ਕਿਸ ਤਰ੍ਹਾਂ ਕਾ ਕੈਮੀਕਲ ਇਨਮੇਂ ਲਗਾ ਹੋਇਆ ਹੈ। ਇਸ ਤਰ੍ਹਾਂ ਕਿ ਬਹੁਤ ਸਾਰੇ ਸ਼ੈਲਸ ਯਹਾਂ ਪੇ ਪੜੇ ਹੋਏ ਹੈ ਇਸ ਘਰ ਕੇ ਆਸ ਪਾਸ। ਪੁਲਿਸ ਇਨਕੋ ਇਕੱਠਾ ਕਰ ਰਹੀ ਹੈ ਤਾਂ ਕਿ ਇਹ ਜਾਂਚ ਕੀ ਜਾ ਸਕੇ ਕਿ ਇਹ ਕਿਤਨੇ ਖਤਰਨਾਕ ਹੈ। ਇਸ ਇਲਾਕੇ ਨੂੰ 0 ਪੁਆਇੰਟ ਕਹਿੰਦੇ ਹਨ। ਐਲਓਸੀ ਤੇ ਬਣੇ ਭਾਰਤੀ ਕੈਂਪ ਇੱਥੇ ਦਿਖਾਈ ਦਿੰਦੇ ਹਨ। ਖਤਰਾ ਬਹੁਤ ਕਰੀਬ ਹੈ। ਕਈ ਲੋਕਾਂ ਨੇ ਸ਼ੈਲਿੰਗ ਵਿੱਚ ਆਪਣੇ ਕਰੀਬੀਆਂ ਨੂੰ ਗੁਆਇਆ ਹੈ। ਮੇਰੀ ਵਾਈਫ ਵੀ ਕਹੀਂ ਕੂਏ ਪਰ ਪਾਣੀ ਭਰਨੇ ਹੋਈ ਗਈ ਥੀ, ਤੋ ਵਹਾਂ ਅਚਾਨਕ ਆਕਰ ਜਬ ਸ਼ੈਲ ਗਿਰਾ ਤੋ ਆਨ ਸਪਾਟ ਹੀ ਉਨਕੀ ਡੈਥ ਹੋ ਗਈ। ਇਹ ਜੋ ਸਿਲਸਿਲਾ ਹੈ ਕਈ ਸਾਲੋਂ ਸੇ ਚੱਲ ਰਿਹਾ ਹੈ। ਆਪਣੇ ਦੇਖਾ ਹੋਗਾ ਕਿ ਇਤਨੀ ਐਜੂਕੇਸ਼ਨ ਨਾ ਹੋਣੇ ਕਾ ਕਾਰਨ ਮਜਬੂਰੀ ਸੇ ਹਮਰ ਲੋਕ ਕੇ ਬੱਚੋਂ ਕੋ ਕਹੀਂ ਆਰਮੀ ਮੇਂ ਕਹੀਂ ਜਾਣਾ ਪੜਤਾ। ਰਤਨ ਲਾਲ ਦਾ ਮੁੰਡਾ ਹੁਣ ਫੌਜ ਵਿੱਚ ਹੈ। ਸ਼ੈਲਿੰਗ ਦੇ ਕਾਰਨ ਸਕੂਲ ਆਏ ਦਿਨ ਬੰਦ ਹੁੰਦੇ ਹਨ। ਨੌਜਵਾਨਾਂ ਕੋਲ ਇੱਥੇ ਨੌਕਰੀਆਂ ਦੇ ਜ਼ਿਆਦਾ ਮੌਕੇ ਨਹੀਂ ਹਨ। ਵੀ ਆਰ ਲਿਵਿੰਗ ਅੰਡਰ ਇਨਫਲੂਐਂਸ ਆਫ ਯਰ ਕਾਂਸਟੈਂਟ ਫੀਅਰ ਆਫ ਪਾਕਿਸਤਾਨ ਸ਼ੈਲਿੰਗ। ਤੋ ਇਹ ਬੱਚੇ ਹੈ ਜੋ ਜਬ ਇਹ ਐਸੇ ਹਾਲਾਤ ਮੇਂ ਐਗਜ਼ਾਮ ਕੀ ਕੋਈ ਤਿਆਰੀ ਨਹੀਂ ਕਰ ਸਕਤੇ, ਤੋ ਆਪ ਤਵੱਕੋ ਰੱਖ ਸਕਤੇ ਹੋ ਕਿ ਇਹ ਬੱਚੇ ਡੇਲੀ ਔਰ ਮੁੰਬਈ ਕੇ ਸਕੂਲੋਂ ਮੇਂ ਪੜੇ ਹੋਏ ਬੱਚੋਂ ਕੇ ਸਾਥ ਕੱਲ ਕੰਪੀਟ ਕਰ ਸਕਤੇ ਹੈ? ਨਹੀਂ ਕਰ ਸਕਤੇ, ਕਭੀ ਨਹੀਂ ਕਰ ਸਕਤੇ। ਸੁਦੇਸ਼ ਕੁਮਾਰੀ ਦਾ ਮੁੰਡਾ ਵੀ ਫੌਜ ਵਿੱਚ ਸ਼੍ਰੀਨਗਰ 'ਚ ਤੈਨਾਤ ਹੈ। ਇੱਥੇ ਉਹਨਾਂ ਦੀ ਆਪਣੀ ਜ਼ਿੰਦਗੀ ਵੀ ਜੰਗ ਦਾ ਮੈਦਾਨ ਹੈ। 6 ਘੰਟੇ ਦੀ ਸ਼ੈਲਿੰਗ ਦਾ ਖੌਫ ਅਜੇ ਵੀ ਤਾਜ਼ਾ ਹੈ। ਬੰਕਰ ਵੀ ਹਿੱਲ ਚੁੱਕਾ ਥਾ, ਤੋ ਸਭੀ ਰੋਣੇ ਲੱਗੇ ਥੇ, ਬੱਚੇ ਵੀ ਬੜੇ ਵੀ ਘਬਰਾ ਗਏ ਥੇ। ਹਮਾਰੇ ਚਾਰੋਂ ਤਰਫ ਸ਼ੈਲਿੰਗ ਹੋ ਰਹੀ ਥੀ, ਹਮ ਬਾਹਰ ਨਿਕਲ ਨਹੀਂ ਸਕਤੇ ਥੇ। ਔਰ ਹਮਾਰੇ ਪਸ਼ੂ ਵੀ ਹੈ, ਇਨਕੋ ਕਹਾਂ ਲੈ ਜਾਏ। ਬੱਚੇ ਜਬ ਛੋਟੇ ਛੋਟੇ ਖਾਣਾ ਵੀ ਮੰਗਤੇ ਹੈ, ਦੁੱਧ ਵੀ ਮੰਗਤੇ ਹੈ। ਸੁਦੇਸ਼ ਦੇ ਪਿੰਡ ਵਿੱਚ ਬੰਕਰ ਹੈ। ਅਗਸਤ 2018 ਵਿੱਚ ਗ੍ਰਹਿ ਮੰਤਰਾਲੇ ਨੇ 14,000 ਬੰਕਰ ਬਣਾਉਣ ਦਾ ਐਲਾਨ ਕੀਤਾ, ਪਰ ਇਹਨਾਂ ਵਿੱਚੋਂ ਸਿਰਫ 1500 ਹੀ ਬਣ ਸਕੇ। ਸੁਰੱਖਿਆ ਲਈ ਬੰਕਰ ਦੀ ਲੋੜ ਹੈ, ਪਰ ਸਭ ਤੋਂ ਵੱਡੀ ਖੁਆਇਸ਼ ਸ਼ਾਂਤੀ ਦੀ ਹੈ, ਜਦੋਂ ਬੱਚੇ ਗੋਲੀ ਬਾਰੂਦ ਨਾਲ ਨਹੀਂ ਸਗੋਂ ਕਿਤਾਬਾਂ ਨਾਲ ਖੇਡਣ।